ਸ਼੍ਰੋਮਣੀ ਅਕਾਲੀ ਦਲ 1920 ਦੇ ਅਹੁਦੇਦਾਰਾਂ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ 1920 ਦੇ ਆਗੂਆਂ ਤੋਂ ਇਲਾਵਾ ਇਲਾਕੇ ਵਿੱਚ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਅਰਵਿੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਨੇ ਕੀਤੀ। ਜਿਹੜੇ ਹੈਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠਾਂ, ਇਹਨਾਂ ਦੀ ਇਲੈਕਸ਼ਨ ਨੂੰ 6 ਸਾਲ ਹੋ ਗਏ ਅਤੇ ਕੋਈ ਕਾਰਨ ਨਹੀਂ ਹੈ ਕਿ ਜਿਹੜੇ ਵੋਟਰ ਹੈ, ਜਿਹੜੇ ਅਸਲੀ ਮਾਲਕ ਨੇ, ਉਹਨਾਂ ਨੂੰ ਵੋਟਿੰਗ ਤੋਂ ਦੂਰ ਰੱਖੀ ਜਾਵੇ। ਸੋ ਅਸੀਂ ਇਸ ਕੋਸ਼ਿਸ਼ 'ਚ ਹਾਂ ਕਿ ਜਲਦੀ ਤੋਂ ਜਲਦੀ ਇਹ ਇਲੈਕਸ਼ਨ ਹੋਵੇ, ਔਰ ਇਹ ਹੋਵੇ ਵੀ ਜਿਹੜੀਆਂ ਲੇਟੈਸਟ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈ, ਜਿਸ ਮੁਤਾਬਕ ਕਿ ਬਈ ਕੇਵਲ ਕੇਸਾਂਧਾਰੀ ਜਿਹੜੇ ਸਿੱਖ ਨੇ ਉਹਨਾਂ ਦੀ ਵੋਟ ਬਣੇ। ਪਿਛਲੀ ਵਾਰੀ ਬਾਦਲ ਸਾਹਿਬ ਆਪਣੀ ਸਰਕਾਰ ਵਿੱਚ ਉਹ ਹਰ ਫਿਰਕੇ ਦੀ ਵੋਟ ਪਵਾ ਗਏ, ਪੂਰਬੀਆਂ ਦੀ ਵੀ ਪਵਾ ਗਏ, ਮੁਸਲਮਾਨਾਂ ਦੀ ਵੀ ਪਵਾ ਗਏ, ਈਸਾਈਆਂ ਦੀ ਵੀ ਪਵਾ ਗਏ। ਉਹ ਨਹੀਂ ਹੋਣਾ ਚਾਹੀਦਾ। ਸਿੱਖਾਂ ਦਾ ਗੁਰਦੁਆਰਾ ਹੈ, ਦਰਵਾਜ਼ੇ ਸਿੱਖਾਂ ਦੇ ਗੁਰਦੁਆਰੇ ਦੇ ਖੁੱਲ੍ਹੇ ਹੈ, ਆ ਜੋ ਮਰਜ਼ੀ ਸਕਦਾ ਹੈ, ਉੱਥੇ ਮੱਥਾ ਜਿਹੜਾ ਮਰਜ਼ੀ ਟੇਕ ਸਕਦਾ ਹੈ, ਉੱਥੇ ਲੰਗਰ ਛਕ ਸਕਦਾ ਹੈ, ਲੇਕਿਨ ਜਿਹੜੀ ਕਮੇਟੀ ਦੀ ਇਲੈਕਸ਼ਨ ਹੈ ਉਹ ਕਿਸਾਧਾਰੀ ਸਿੱਖ ਹੀ ਕਰਦੇ ਨੇ, ਇਹ ਕਾਨੂੰਨ ਹੈ। ਸੋ ਇਹ ਕਾਨੂੰਨ ਮੁਤਾਬਕ ਅਸੀਂ ਇਲੈਕਸ਼ਨ ਚਾਹੁੰਦੇ ਹਾਂ, ਔਰ ਹੁਣ ਕਿਉਂਕਿ ਬਾਦਲ ਦੀ ਸਰਕਾਰ ਹੈ ਨਹੀਂ, ਸਾਨੂੰ ਆਸ ਹੈ ਕਿ ਵੀ ਜਿਹੜੀਆਂ ਹੇਰੀਆਂ ਫੇਰੀਆਂ ਇਹ ਕਰਦਾ ਰਿਹਾ ਉਹ ਨਹੀਂ ਕਰ ਸਕੇ।